ਫਾਜ਼ਿਲਕਾ ਦੇ ਦਿਵੇ ਜੋਤੀ ਪਾਰਕ ਦੇ ਵਿੱਚ ਸੈਰ ਕਰਨ ਗਈ ਇੱਕ ਯੁਵਤੀ ਦਾ ਮੋਬਾਈਲ ਹੋਇਆ ਚੋਰੀ। ਪੁਲਿਸ ਨੂੰ ਸ਼ਿਕਾਇਤ ਦੇ ਕੇ ਕੀਤੀ ਫੋਨ ਦੀ ਭਾਲ ਕਰਨ ਦੀ ਮੰਗ। ਫਾਜ਼ਿਲਕਾ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਅਤੇ ਇੱਕ ਚੋਰੀ ਦੀ ਘਟਨਾ ਫਾਜ਼ਿਲਕਾ ਦੇ ਦਿਵੇ ਜੋਤੀ ਪਾਰਕ ਦੇ ਵਿੱਚ ਵੀ ਹੋਈ ਹੈ, ਜਿੱਥੇ ਸੈਰ ਕਰਨ ਗਈ ਯੁਵਤੀ ਦਾ ਮੋਬਾਈਲ ਚੋਰੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਯੁਵਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ ਇੱਥੇ ਸੈਰ ਕਰਨ ਆਉਂਦੀ ਸੀ ਅਤੇ ਅੱਜ ਵੀ ਉਹ ਸੈਰ ਕਰਨ ਦੇ ਲਈ ਇੱਥੇ ਪਹੁੰਚੀ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਜਗ੍ਹਾ 'ਤੇ ਬਹਿ ਕੇ ਥੋੜ੍ਹੀ ਦੇਰ ਆਰਾਮ ਕੀਤਾ ਗਿਆ ਅਤੇ ਉਹਨਾਂ ਦਾ ਮੋਬਾਈਲ ਉੱਥੇ ਰਹਿ ਗਿਆ। ਜਦ 5 ਮਿੰਟ ਬਾਅਦ ਉਹਨਾਂ ਨੇ ਆ ਕੇ ਦੇਖਿਆ ਤਾਂ ਉੱਥੋਂ ਮੋਬਾਈਲ ਗਾਇਬ ਸੀ। ਉਹਨਾਂ ਨੇ ਕਿਹਾ ਕਿ ਇਸ ਬਾਰੇ 'ਚ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ, ਲੇਕਿਨ ਪੁਲਿਸ ਵੱਲੋਂ ਮੋਬਾਈਲ ਟਰੇਸ 'ਤੇ ਲਗਾਉਣ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਕਿਹਾ ਕਿ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਅਤੇ ਪੁਲਿਸ ਨੂੰ ਵੀ ਇਹਨਾਂ ਚੋਰਾਂ 'ਤੇ ਅੰਕੁਸ਼ ਲਗਾਉਣਾ ਚਾਹੀਦਾ ਹੈ ਤਾਂ ਕਿ ਲੋਕ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਣ। ਕੀ ਹੋਇਆ ਜੀ? ਇਹ ਮੇਰਾ ਫੋਨ, ਮੈਂ ਪਾਰਕ 'ਚ ਸੈਰ ਕਰਨ ਵਾਸਤੇ ਅਤੇ ਅਸੀਂ ਇੱਥੇ ਟੇਬਲ 'ਤੇ ਬੈਠੇ ਸੀਗੇ ਅਤੇ ਮੇਰਾ ਫੋਨ ਇੱਥੇ ਬਸ 5 ਮਿੰਟ ਵਾਸਤੇ ਛੁੱਟਿਆ ਅਤੇ ਉਸ ਤੋਂ ਬਾਅਦ ਮੈਨੂੰ ਫੋਨ ਦੀ ਮਤਲਬ ਕੋਈ ਖਬਰ ਨਹੀਂ ਮਿਲ ਕਿ ਮੇਰਾ ਫੋਨ ਕਿੱਥੇ ਹੈ। ਅਸੀਂ ਲਗਾ ਕੇ ਦੇਖਿਆ ਔਰ ਬੰਦ ਆ ਰਿਹਾ ਸੀ, ਔਰ ਇੱਥੇ ਸਾਹਮਣੇ ਕੈਮਰਾ ਵਗੈਰਾ ਲੱਗੇ ਹੋਏ ਆ, ਸਾਨੂੰ ਚੈਕਿੰਗ ਨਹੀਂ ਕਰਨ ਦੇ ਰਹੇ ਵੀ ਅਸੀਂ ਦੇਖ ਸਕੀਏ ਕਿ ਸ਼ਾਇਦ ਕਿੰਨੇ ਚੱਕਿਆ ਜਾਂ ਕੁਛ ਵੀ ਹੈ। ਤੁਸੀਂ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ? ਜੀ, ਪੁਲਿਸ ਨੇ ਸੂਚਨਾ ਤਾਂ ਦਿੱਤੀ ਆ, ਉਹਨਾਂ ਨੇ ਤਾਂ ਸਿਰਫ ਇੰਨੀ ਆਪਾਂ ਨੂੰ ਕਿਹਾ ਕਿ ਅਸੀਂ ਟਰੇਸ ਕਰ 'ਤੇ ਲਗਾ ਦਿੱਤਾ ਹੈ। ਪ੍ਰਸ਼ਾਸਨ ਤਾਂ ਇਹ ਹੈ ਕਿ ਇਹਨਾਂ ਦੇ ਕਦਮ ਸਖਤ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਹਰ ਬੰਦਾ ਸੇਫ ਰਹਿ ਸਕੇ ਇਸ ਚੀਜ਼ 'ਤੇ। ਸਾਨੂੰ ਤਾਂ ਇਹ ਹੈ ਮਤਲਬ ਅਸੀਂ ਜੇ 5 ਮਿੰਟ ਅਸੀਂ ਕਿਤੇ ਵੀ ਜਾਈਏ ਤਾਂ ਸਾਨੂੰ ਆਪਣੀ ਸੇਫਟੀ ਖੁਦ ਨੂੰ, ਫਿਰ ਸਾਨੂੰ ਕਾਨੂੰਨ ਦੀ ਤਾਂ ਕੋਈ ਹੈ ਹੀ ਨਹੀਂ ਗਾ ਵੀ ਸਾਡੇ ਕਾਨੂੰਨ ਕੋਈ ਸੁਰੱਖਿਆ ਕਰੇਗਾ। ਮੈਂ ਤਾਂ ਇਹ ਚਾਹੁੰਦੀ ਹਾਂ ਕਿ ਮੈਨੂੰ ਮੇਰਾ ਫੋਨ ਵਾਪਸ ਕਰਵਾ ਦਿੱਤਾ ਜਾਵੇ, ਲੱਭ ਕੇ ਦਿੱਤਾ ਜਾਵੇ, ਕਿਉਂਕਿ ਉਹਦੇ 'ਚ ਮੇਰੇ ਬਹੁਤ ਜ਼ਰੂਰੀ ਡਾਕੂਮੈਂਟ ਹੈ ਜਿਨ੍ਹਾਂ ਤੋਂ ਬਿਨਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ।